ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਕਾਫੀ ਟਾਈਮ ਤੋਂ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਤੋਂ ਬੜਾ ਜ਼ਿਆਦਾ ਡੈਂਸ ਤਰੀਕੇ ਨਾਲ ਚੱਲ ਰਿਹਾ ਸੀਗਾ ਮਾਰਕੀਟ ਦੇ ਵਿੱਚ ਵੀਜ਼ਾਸ ਆ ਰਹੇ ਸੀ ਬੱਚਿਆਂ ਦੇ ਆਬਵੀਅਸਲੀ ਕੁਝ ਕੁ ਟਾਈਪ ਦੇ ਬੱਚਿਆਂ ਦੇ ਵੀਜ਼ਾਸ ਰਿਫਿਊਜ਼ ਹੋ ਰਹੇ ਸੀ ਜਿਨ੍ਹਾਂ ਨੂੰ ਅਸੀਂ ਮਨਾ ਕਰੀਦਾ ਸੀਗਾ ਕਿ ਦੇਖੋ ਤੁਹਾਡਾ ਸਾਲ ਤੋਂ ਉੱਪਰ ਗੈਪ ਆ ਅਸੀਂ ਤੁਹਾਡੀ ਫਾਈਲ ਨਹੀਂ ਲਾਉਣੀ ਸਾਡੇ ਹੱਥ ਖੜੇ ਆ ਬੰਦਾ ਜਾਂਦਾ ਸੀ ਕਿਤੇ ਨਾ ਕਿਤੇ ਤੋਂ ਉੱਥੋਂ ਅਪਲਾਈ ਕਰ ਲੈਂਦਾ ਸੀ ਰਿਫਿਊਜ਼ ਕਰਾ ਕੇ ਫਿਰ ਆ ਜਾਂਦਾ ਸੀਗਾ ਕਿ ਹੁਣ ਸਾਨੂੰ ਯੂਕੇ ਜਾਂ ਨਿਊਜ਼ੀਲੈਂਡ ਪੇਜ ਦੋ ਫਿਰ ਉਹਨਾਂ ਨੂੰ ਉਧਰ ਦੀ ਸਕਸੈਸ ਦਿਖਾਈ ਦੀ ਸੀਗੀ ਪਰ ਇਹ ਵੀਡੀਓ ਬੇਸਿਕਲੀ ਤੋਂ ਨੂੰ ਮੈਂ ਤਾਂ ਦੇ ਰਿਹਾ ਕਿਉਂਕਿ ਹੁਣੇ-ਹੁਣੇ ਅਨਾਉਂਸਮੈਂਟ ਆਈ ਸੀਗੀ ਕਿ ਦੋ ਤਿੰਨ ਯੂਨੀਵਰਸਿਟੀਆਂ ਨੇ ਪੰਜਾਬ ਹਰਿਆਣਾ ਤੇ ਜੰਮੂ ਕਸ਼ਮੀਰ ਤੋਂ ਬੱਚੇ ਲੈਣੇ ਬੰਦ ਕਰ ਦਿੱਤੇ ਆ ਮੇਰਾ ਨਾਮ ਹੈ ਨਵਦੀਪ ਫ্রম ਸਿਲਵਰਫਨ ਤੇ ਉਮੀਦ ਕਰਦਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਗੱਲ ਕਰ ਰਹੇ ਸੀਗੇ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਦੇ ਬਾਰੇ ਜਿਹੜੇ ਤਿੰਨ ਕ ਯੂਨੀਵਰਸਿਟੀਆਂ ਨੇ ਹੁਣੇ-ਹੁਣੇ ਇਨਕਲੂਡਿੰਗ ਵੈਸਟਰਨ ਸਿਡਨੀ ਯੂਨੀਵਰਸਿਟੀ ਅਨਾਉਂਸ ਕੀਤਾ ਆ ਕਿ ਤੁਸੀਂ ਜੇ ਪੰਜਾਬ ਹਰਿਆਣਾ ਤੇ ਜੇ ਐਂਡ ਕੇ ਦੀ ਟੈਰਿਟਰੀ ਦੇ ਵਿੱਚੋਂ ਤੁਸੀਂ ਸਾਡੇ ਆਫਰ ਲੈਟਰਸ ਨਹੀਂ ਲੈ ਸਕਦੇ ਸਿੱਧੀ ਜੀ ਗੱਲ ਹੈ ਤੁਸੀਂ ਅਲਾਉ ਹੀ ਨਹੀਂ ਕਰਾਂਗੇ ਤੁਹਾਨੂੰ ਆਫਰ ਲੈਟਰਸ ਸੋ ਉਹਦੇ ਵਿੱਚ ਕੀ ਆ ਕਿ ਉਹਦੇ ਨਾਲ ਬੜੀਆਂ ਟੈਂਸ਼ਨਸ ਰੇਜ਼ ਹੋਈਆਂ بڑے ਬੱਚਿਆਂ ਦੇ ਕਾਲਸ ਆਏ ਕਿ ਆਸਟ੍ਰੇਲੀਆ ਬੰਦ ਕਰ ਗਿਆ ਆਸਟ੍ਰੇਲੀਆ ਨੇ ਹੁਣ ਸਟੱਡੀ ਵੀਜ਼ਾਸ ਬੰਦ ਕਰ ਦੇਣੇ ਆ ਵੀ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਬੜੀਆਂ ਯੂਨੀਵਰਸਿਟੀਆਂ ਆ ਜੇ ਵੀ ਜਿਹੜੀਆਂ ਲੈਵਲ 1 ਦੇ ਬੱਚਿਆਂ ਨੂੰ ਸੌਰੀ ਲੈਵਲ 1 ਦੀਆਂ ਯੂਨੀਵਰਸਿਟੀਆਂ ਆ ਜਿਹੜੀਆਂ ਬੱਚਿਆਂ ਨੂੰ ਐਡਮਿਸ਼ਨਸ ਦੇਣਗੀਆਂ ਚਾਹੇ ਤੁਸੀਂ ਪੰਜਾਬ ਤੋਂ ਚਾਹੇ ਤੁਸੀਂ ਹਰਿਆਣੇ ਤੋਂ ਚਾਹੇ ਤੁਸੀਂ ਜੇ ਐਨ ਕੇ ਤੋਂ ਹੁਣ ਇਹਦਾ ਪਿੱਛੇ ਕਾਰਨ ਮੇਨਲੀ ਇਹੀ ਆ ਕਿਉਂਕਿ ਆਪਾਂ ਪੰਜਾਬ ਹਰਿਆਣਾ ਜਿਹੜਾ ਆ ਜੇ ਐਂਡ ਕੇ ਵੀ ਕਿਤੇ ਕਿਸੇ ਹੱਦ ਤੱਕ ਬੜੇ ਜਿਆਦਾ ਬੋਗਸ ਡਾਕੂਮੈਂਟਸ ਪ੍ਰੋਡਿਊਸ ਕਰਨ ਦੇ ਮਾਹਰ ਆ ਸਾਨੂੰ ਪਤਾ ਵੀ ਫੰਡ ਕਿੱਦਾਂ ਸ਼ੋਅ ਕਰਨੇ ਆ ਕੜਕੀਆਂ ਕਿਵੇਂ ਪਾਉਣੀਆਂ ਉਹਨਾਂ ਚੱਕਰਾਂ ਦੇ ਕਰਕੇ ਥੋੜਾ 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 ਸਕਰੂਟੀਨਾਈਜ਼ ਕਰਦੇ ਹੋਏ ਟਾਈਟ ਕਰਦੇ ਹੋਏ ਹੁਣ ਬਿਲਕੁਲ ਨਕੀਲ ਕੱਸੀ ਜਾਂਦੇ ਕਿ ਸਾਨੂੰ ਵਧੀਆ ਸਟੂਡੈਂਟ ਚਾਹੀਦੇ ਆ ਹੁਣ ਜਿਹੜੇ ਬੱਚੇ ਨੂੰ ਪਤਾ ਹੁੰਦਾ ਕਿ ਮੈਂ ਸਟੱਡੀ ਲੋਨ ਦੇ ਉੱਤੇ ਜਾ ਕੇ ਵੀ ਆਸਟ੍ਰੇਲੀਆ ਸਟੱਡੀ ਵੀਜ਼ਾ ਲੈ ਸਕਦਾ ਆ ਉਹ ਵੀ ਬੱਚਾ ਕਹਿੰਦਾ ਵੀ ਨਹੀਂ ਮੈਂ ਤਾਂ ਮੈਂ ਤਾਂ ਪੈਸੇ ਦੇਣੇ ਐ ਜਿਹਨੂੰ ਸਾਰਾ ਵੀਜ਼ੇ ਤੋਂ ਬਾਅਦ ਦੇਣਾ ਐ ਮੈਂ ਤਾਂ ਇਸੇ ਤਰੀਕੇ ਨਾਲ ਜਾਣਾ ਸੋ ਮੈਂ ਉਹਨਾਂ ਬੱਚਿਆਂ ਨੂੰ ਸਮਝਾਉਣਾ ਚਾਹੁੰਨਾ ਕਿ ਜੇ ਤੁਸੀਂ ਜੈਨੂਨ ਤਰੀਕੇ ਨਾਲ ਚੱਲੋਗੇ ਜਿਹੜੀ ਅੱਜ ਤੋਂ ਤੁਹਾਡੇ ਦੂਸਰੇ ਫਰੈਂਡਸ ਨੇ ਬ੍ਰਦਰਸ ਸਿਸਟਰਸ ਨੇ 5-7 ਸਾਲ ਪਹਿਲਾਂ ਗਲਤੀ ਕੀਤੀ ਸੀਗੀ ਉਹਦਾ ਖਮਿਆਜਾ ਹੁਣ ਤੁਹਾਨੂੰ ਭੁਗਤਣਾ ਪੈਣਦਾ ਹੈ ਕਿ ਤੁਹਾਡੇ ਕਰਕੇ ਕੋਈ ਯੂਨੀਵਰਸਿਟੀਜ਼ ਤੁਹਾਨੂੰ ਐਡਮਿਸ਼ਨਸ ਹੀ ਨਹੀਂ ਦੇ ਰਹੀਆਂ ਜੇ ਤੁਸੀਂ ਅੱਜ ਵੀ ਨਾ ਹਟੋਗੇ ਆਉਣ ਵਾਲੇ 5 ਸਾਲਾਂ ਬਾਅਦ ਜਿਹੜੀ ਅਗਲੀ ਜਨਰੇਸ਼ਨ ਆਸਟ੍ਰੇਲੀਆ ਆਉਗੀ ਉਹਨੂੰ ਹੋਰ ਖਮਿਆਜਾ ਪੁੱਗਤਣਾ ਪਊਗਾ ਕਿਉਂਕਿ ਤੁਸੀਂ ਅੱਜ ਗਲਤੀ ਕਰੋਗੇ ਟਰਾਈ ਕਰੋ ਜਿੰਨੇ ਜੈਨੂਨ ਤਰੀਕੇ ਦੇ ਨਾਲ ਕੇਸ ਤੁਸੀਂ ਆਪਣਾ ਅਪਲਾਈ ਕਰੋ ਉਹਨਾਂ ਹੀ ਵਧੀਆ ਸਾਡੇ ਕੋਲ ਆਊਟਸਾਈਡ ਆਫ ਪੰਜਾਬ ਦੀਆਂ ਐਪਲੀਕੇਸ਼ਨਾਂ ਆਉਂਦੀਆਂ ਹਾਈਦਰਾਬਾਦ ਤੋਂ ਕੇਰਲਾ ਤੋਂ ਐਪਲੀਕੇਸ਼ਨਾਂ ਆਉਂਦੀਆਂ ਇੰਨੇ ਜੈਨੂਨ ਸਟੂਡੈਂਟ ਹੁੰਦੇ ਆ ਕਈ ਵਾਰੀ ਚੀਜ਼ਾਂ ਦਾ ਪਤਾ ਵੀ ਨਹੀਂ ਹੁੰਦਾ ਉਹਨਾਂ ਨੂੰ ਜੈਨੂਨ ਐਡਵਾਈਸਸ ਦੋ ਤਿੰਨ ਆਪਸ਼ਨ ਦਈਦੇ ਆ ਅਗਲਾ ਆਟੋਮੈਟਿਕਲੀ ਸਹੀ ਰਸਤਾ ਚੁਣਦਾ ਹੈ ਪਰ ਆਪਣੇ ਪੰਜਾਬ ਵਾਲਿਆਂ ਨੂੰ ਸਹੀ ਰਸਤਾ ਦੱਸੋ ਤੇ ਅਗਲਾ ਕਹਿੰਦਾ ਵੀ ਨਹੀਂ ਯਾਰ ਸਾਰੀ ਮਾਰਕੀਟ ਆਸਟ੍ਰੇਲੀਆ ਦੀ ਪੈਕੇਜ ਦੇ ਉੱਤੇ ਕਰ ਰਹੀ ਆ ਵੀ ਤੁਸੀਂ ਕਿਉਂ ਇਦਾਂ ਨਹੀਂ ਕਰ ਰਹੇ ਓਦਾਂ ਨਹੀਂ ਕਰ ਰਹੇ ਸੋ ਮੈਂ ਇਹੀ ਸਲਾਹ ਦੇਣਾ ਚਾਹੁੰਦਾ ਕਿ ਜੈਨੂਨ ਤਰੀਕੇ ਦੇ ਨਾਲ ਚੱਲੋ ਅਜੇ ਵੀ ਯੂਨੀਵਰਸਿਟੀਆਂ ਹੈਗੀਆਂ ਲੈਵਲ 1 ਦੀਆਂ ਜਿਹੜੀਆਂ ਤੁਹਾਨੂੰ ਐਡਮਿਸ਼ਨਸ ਦੇਣਗੀਆਂ ਇਹ ਡਿਸੀਜਨਸ ਟਰਨ ਅਰਾਊਂਡ ਵੀ ਹੋ ਜਾਣਗੇ ਜੇ ਤੁਸੀਂ ਸਹੀ ਤਰੀਕੇ ਨਾਲ ਚੱਲੋਗੇ ਤਾਂ ਮੇਨ ਗੱਲ ਇਹ ਵੀਡੀਓ ਦੇ ਵਿੱਚ ਮੈਂ ਇਹ ਕਰਨਾ ਚਾਹੁੰਦਾ ਵੀ ਜਿਹੜੇ ਬੱਚਿਆਂ ਨੇ ਆਲਰੇਡੀ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨਸ ਲਈਆਂ ਸੀ ਜਿਨ੍ਹਾਂ ਦੇ ਕੋਲ ਆਲਰੇਡੀ ਆਫਰ ਲੈਟਰ ਆ ਗਿਆ technically speaking ਉਹਨਾਂ ਦੇ ਉੱਤੇ ਅਸਰ ਨਹੀਂ ਪੈਣਾ ਚਾਹੀਦਾ ਕਿਉਂਕਿ ਯੂਨੀਵਰਸਿਟੀ ਕਹਿੰਦੀ ਹੈ ਕਿ ਅਸੀਂ ਆਲਰੇਡੀ ਆਫਰ ਲੈਟਰ ਦੇ ਦਿੱਤਾ ਹੈ ਇਸ ਬੱਚੇ ਨੂੰ ਇਹਦੇ ਤੇ ਹੁਣ ਅਸੀਂ ਕੋਈ ਇਫੈਕਟ ਨਹੀਂ ਪੈਣ ਦਵਾਵਾਂਗੇ ਜਿਹੜੇ ਸਿਰਫ ਨਵੇਂ ਐਡਮਿਸ਼ਨਸ ਆਉਣਗੇ ਜਾਂ ਜਿਨ੍ਹਾਂ ਦੀਆਂ ਫਾਈਲਸ ਸਬਮਿਟ ਸਿਗੀਆਂ ਪਰ ਅਜੇ ਆਫਰ ਲੈਟਰ ਨਹੀਂ ਸੀ ਦਿੱਤਾ ਹਾਂ ਉਹਨਾਂ ਦਾ ਅਸੀਂ ਜ਼ਰੂਰ ਡਿਕਲਾਈਨ ਕਰ ਦੇਵਾਂਗੇ ਆਫਰ ਲੈਟਰ ਪਰ ਜਦੋਂ ਤੁਸੀਂ ਆਪਣਾ ਆਫਰ ਲੈਟਰ ਲੈਣ ਤੋਂ ਬਾਅਦ ਜੀਟੀ ਅਪਲਾਈ ਕਰੋਗੇ ਜਾਂ ਕਰ ਦਿੱਤੀ ਹੋਊਗੀ ਆਲਰੇਡੀ ਮੈਂ ਤੁਹਾਨੂੰ ਕਾਗਜ਼ ਤੇ ਲਿਖ ਕੇ ਦੇ ਦਿੰਨਾ ਕਿ ਮੋਸਟ ਆਫ ਦਾ ਸਟੂਡੈਂਟਸ ਦੀ जीटी ਫੇਲ ਕਰੂਗੀ ਯੂਨੀਵਰਸਿਟੀ ਕਿਉਂਕਿ ਹਮੇਸ਼ਾ ਪਾਸਟ ਦੇ ਵਿੱਚ ਇਹੀ ਹੁੰਦਾ ਆ ਕਿ ਜਦੋਂ ਆਸਟ੍ਰੇਲੀਆ ਨਵੇਂ ਰੂਲਸ ਇੰਪੋਜ਼ ਕਰਦਾ ਹੈ ਨਵੀਂ ਕੋਈ ਜਿਆਦੀ ਵਧੀਆ ਚੀਜ਼ ਲੈ ਕੇ ਆਉਂਦਾ ਆ ਬੈਟਰਮੈਂਟ ਦੇ ਵਾਸਤੇ ਪੁਰਾਣੀਆਂ ਚੀਜ਼ਾਂ ਨੂੰ ਵਾਈਪ ਆਊਟ ਕਰ ਦਿੰਦਾ ਹੈ ਉਹ ਬੇਸਿਕਲੀ ਜਿਹੜੀਆਂ ਫਾਈਲਜ਼ ਇਮੀਗ੍ਰੇਸ਼ਨ ਦੇ ਵਿੱਚ ਲੱਗੀਆਂ ਆ ਹੋ ਸਕਦਾ ਪਲੀਜ਼ ਬੀ ਰੈਡੀ ਡੋਨਟ ਬਲੇਮ ਮੀ ਜੇ ਮੈਂ ਗਲਤ ਹੋਵਾਂ ਪਰ ਕਿਤੇ ਕਿਤੇ ਇਹ ਵੀ ਦੇਖਣ ਨੂੰ ਮਿਲਿਆ ਆਪਾਂ ਨੂੰ ਪਾਸਟ ਦੇ ਵਿੱਚ ਕਿ ਜਦੋਂ ਨਵੇਂ ਰੂਲਸ ਆਉਂਦੇ ਆ ਪੁਰਾਣਿਆਂ ਨੂੰ ਵਾਈਪ ਆਊਟ ਕਰਨ ਦੇ ਵਾਸਤੇ ਸਾਰਿਆਂ ਨੂੰ ਇੱਕ ਵੱਡੇ ਰਿਫਿਊਜ਼ ਕਰ ਦਿੰਦੇ ਆ ਤਾਂ ਕਿ ਉਹ ਬੱਚੇ ਦੁਬਾਰਾ ਰੀਅਪਲਾਈ ਕਰਨ ਜੇ ਸਟਿਲ ਨਵੇਂ ਰੂਲਸ ਦੇ ਵਿੱਚ ਫਾਲੋ ਕਰਦੇ ਆ ਤਾਂ ਇਸੇ ਤਰ੍ਹਾਂ ਹੀ ਯੂਨੀਵਰਸਿਟੀ ਨੇ ਜਿਹੜੇ ਬੱਚਿਆਂ ਨੂੰ ਹਜੇ ਜੀਟੀ ਨਹੀਂ ਦਿੱਤੀ ਉਹ ਕਹਿੰਦੇ ਬੱਲੇ ਬੱਲੇ ਬਚ ਗਏ ਅਸੀਂ ਤਾਂ ਹੁਣ ਉਹਨਾਂ ਨੇ ਕੀ ਕਰਨਾ ਹੈ ਉਹਨਾਂ ਬੱਚਿਆਂ ਦੀ ਜੀਟੀਜ਼ ਦੇ ਵਾਸਤੇ ਸਾਰਿਆਂ ਨੂੰ ਵਾਈਪ ਆਊਟ ਕਰ ਦੇਣਾ ਹੈ ਜੀਟੀ ਸਾਰਿਆਂ ਦੀ ਫੇਲ ਕਰ ਦੇਣੀ ਕੋਈ ਇੱਕਾ ਦੁੱਕਾ ਬੱਚਾ ਬਚ ਵੀ ਜਾਊਗਾ 100 ਚੋਂ 2-4 ਬੱਚਿਆਂ ਨੂੰ ਐਡਮਿਸ਼ਨ ਦੇ ਵੀ ਦੇਣਗੇ ਜਿਨ੍ਹਾਂ ਦੀ ਪ੍ਰੋਫਾਈਲ ਬਹੁਤ ਵਧੀਆ ਉਹਨਾਂ ਨੂੰ ਲੱਗਦਾ ਕਿ ਨਹੀਂ ਬੱਚੇ ਦਾ ਵੀਜ਼ਾ ਆਉਣਾ ਹੀ ਆਉਣਾ ਕਿਉਂਕਿ ਯੂਨੀਵਰਸਿਟੀ ਜੀਟੀ ਉਹਨੂੰ ਦੇਣਾ ਪਸੰਦ ਕਰੂਗੀ ਕਿ ਜਿਹਦਾ ਵੀਜ਼ਾ ਉਹਨਾਂ ਨੂੰ ਪਤਾ ਕਿ 100% ਸ਼ਿਉਰਿਟੀ ਆ ਪਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਇਮੀਗ੍ਰੇਸ਼ਨ ਸਾਡੇ ਤੇ ਹੁਣ ਦਬਦਬਾ ਪਾ ਰਹੀ ਹੈ ਵੀ ਐਸ ਟੈਰਿਟਰੀਜ਼ ਦੇ ਬ ਉਹ ਉਹਨਾਂ ਨੂੰ ਆਟੋਮੈਟਿਕਲੀ ਪਤਾ ਲੱਗ ਜਾਣਾ ਕਿ ਜੇ ਇੱਥੋਂ ਦੇ ਬੱਚੇ ਸਾਡੇ ਕੋਲ ਮੰਨ ਲਓ 100 ਦੇ ਵਿੱਚੋਂ 50 ਬੱਚਾ ਸਾਡੇ ਕੋਲ ਪੰਜਾਬ ਪੰਜਾਬ ਦਾ ਆ 30 ਬੱਚੇ ਸਾਡੇ ਕੋਲ ਹਰਿਆਣਾ ਦੇ ਆ 10 ਬੱਚੇ ਜੇ ਐਨ ਕੇ ਦੇ ਆ ਤਾਂ ਵੀ ਸਾਨੂੰ ਤਾਂ ਪਤਾ ਹੈ ਵੀ 100 ਦੇ ਵਿੱਚੋਂ ਸਾਡੇ 10ਾਂ ਬੱਚਿਆਂ ਦੇ ਵੀਜ਼ੇ ਆਉਣੇ ਬਾਕੀ 90ਾਂ ਦਾ ਤਾਂ ਅਸੀਂ ਡਾਈਸੀ ਸਿਚੁਏਸ਼ਨ ਹੀ ਲੈ ਕੇ ਚੱਲ ਰਹੇ ਹਾਂ ਸੋ ਇਸ ਕਰਕੇ ਕਾਫੀ ਟੈਕਨੀਕੈਲਿਟੀਆਂ ਦੇ ਕਰਕੇ ਯੂਨੀਵਰਸਿਟੀਆਂ ਜਿਹੜੀਆਂ ਨਵੇਂ ਡਿਸੀਜਨਸ ਆਉਣ ਦੇ ਕਰਕੇ ਪੁਰਾਣੇ ਬੱਚਿਆਂ ਨੂੰ ਵਾਈਪ ਆਊਟ ਕਰਦੀਆਂ ਪਲੀਜ਼ ਬੀ ਰੈਡੀ ਡੋਨਟ ਬੀ ਅਫਰੇਡ ਹੋਰ ਵੀ ਯੂਨੀਵਰਸਿਟੀਆਂ ਤੁਹਾਨੂੰ ਮਿਲ ਜਾਣ ਨਾਲੇ ਜੇ ਤੁਸੀਂ ਨਈ ਆਸਟ੍ਰੇਲੀਆ ਜਾ ਸਕਦੇ ਪੀਟੀ ਕੀਤੀ ਹੋਈ ਹੈ ਕੈਨੇਡਾ ਨੇ ਤੇ ਹੁਣ ਆਲਰੇਡੀ ਆਪਣਾ ਐਸਡੀਐਸ ਕੈਟਾਗਰੀ ਓਪਨ ਕਰ ਦਿੱਤੀ ਹੈ ਪੀਟੀ ਵਾਲੇ ਬੱਚਿਆਂ ਵਾਸਤੇ ਅਲੱਗ ਵੀਡੀਓ ਬਣੀ ਹੋਈ ਹੈ ਉਹਨੂੰ ਜਾ ਕੇ ਚੈੱਕ ਕਰ ਸਕਦੇ ਆ ਜੇ ਤੁਹਾਨੂੰ ਕੋਈ ਹੋਰ ਚੀਜ਼ਾਂ ਦੀ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਕੰਮ ਦੀਆਂ ਗੱਲਾਂ ਮਤਲਬ ਦੀਆਂ ਗੱਲਾਂ ਇਮੀਗ੍ਰੇਸ਼ਨ ਦੇ ਰਿਲੇਟਡ ਲੈ ਕੇ ਆਉਂਦੇ ਰਹਿੰਨੇ ਆ ਮਿਲਦੇ ਆਂ ਹਜੇ ਇੱਕ ਹੋਰ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬੈਸਟ ਆਫ ਲੱਕ